ਕਰੇ ਸੋ ਮਾਲਿਕ ਕੈਨਾਤ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦਰਾਜ ਫਰਮਾਵੇ। ਮਾਲਿਕ ਕੈਨਾਤ ਇਹਨਾਂ ਦੇ ਇੱਜ਼ਤ ਬਖਤ ਰਿਜ਼ਕ ਕਾਰੋਬਾਰ ਚ ਮਜ਼ੀਦ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਅਤਾ ਫਰਮਾਵੇ। ਮਾਲਿਕ ਇਹਨਾਂ ਦੇ ਘਰਾਂ ਨੂੰ ਤਾਦੇਰੇ ਕਿਆਮਤ ਆਬਾਦ ਔਰ ਸ਼ਾਦ ਫਰਮਾਵੇ। ਸਿਵਾਏ ਗਮੇ ਹੁਸੈਨ ਅਲੈਹਿ ਸਲਾਮ ਦੇ ਮਾਲਿਕ ਇਹਨਾਂ ਨੂੰ ਦੁਨੀਆਂ ਦਾ ਕੋਈ ਗਮ ਨਾ ਵਿਖਾਵੇ। ਮਾਲਿਕ ਤੁਸਾਂ ਜ਼ਦਾਰਾਂ ਦਾ ਟੁਰ ਕੇ ਆਇਆ ਕਬੂਲ ਔਰ ਮਨਜ਼ੂਰ ਫਰਮਾਵੇ। ਹੁਣ ਜਨਾਬ ਦੇ ਸਾਹਮਣੇ ਜ਼ਾਕਿਰ ਹਲਬੈਬ ਮੱਦਾਹ ਆਲੇ ਮੁਹੰਮਦ ਨਹਿਦ ਵਾਜਬੁਲ ਇਹਤਰਾਮ ਜਨਾਬ ਕਾਜ਼ੀ ਨਿਆਜ਼ ਅੱਬਾਸ ਸਾਹਿਬ ਇਹ ਪੜਸਨ। ਇਹਨਾਂ ਦੇ ਫੌਰਨ ਬਾਅਦ ਜ਼ਾਕਿਰ ਹਲਬੈਬ ਮੁਸਵਰ ਗਮੇ ਸ਼ਬੀਰ ਬਿਰਾਦਰ ਮੁਹਤਰਮ ਜਨਾਬ ਸ਼ਬਰ ਅੱਬਾਸ ਸਾਹਿਬ ਕਤਾਲਪੁਰ ਜ਼ਿਕਰ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮਾਇਆ। ਦੁਆਏ ਇਮਾਮੇ ਜ਼ਮਾਨ ਅਲੈਹ ਸਲਾਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅੱਲਾਹੁਮਾ ਕੁਨ ਵਲੀਯਕ ਅਲ ਹੁਜਤ ਇਬਨ ਅਲ ਹਸਨ ਸਲਵਾਤੁਕਾ ਅਲੈਹਿ ਵ ਅਲਾ ਅਬਾਇ ਫੀ ਹਾਜ਼ਿ ਸਾਤ ਵ ਫੀ ਕੁਲ ਸਾਤ ਮਿਨ ਸਾਤ ਹਾਫਿਜ਼ਮ ਵ ਕਾਇਦਮ ਵ ਨਾਸਿਰਮ ਵ ਦਲੀਲਮ ਵੈਨਨ ਹਤਾ ਤੁਸਕਿਨਹੁ ਵਰਜ਼ਕਾ ਤੌਵਨ ਵ ਤੁਮੱਤਿਅ ਫੀਹਾ ਤਵੀਲਾ ਯਾ ਰੱਬ ਮੁਹੰਮਦ ਅਨਵਾਲ ਮੁਹੰਮਦ ਰੱਬ ਸਵਲ ਅਲਾ ਮੁਹੰਮਦ ਅਨਵਾਲ ਮੁਹੰਮਦ ਨਾਦ ਅਲੀਨ ਮਜ਼ਹਰ ਲਜਾਇਬ ਤਾਜ ਦੋ ਓਨ ਲਕਾਫ ਨਵਾਇਬ ਕੁੱਲ ਹਮਿਨ ਵਗਮਿਨ ਸਾਇਨ ਜਲੀ ਬੇ ਵਿਲਾਇਤ ਕਾ ਯਾ ਅਲੀਓ ਯਾ ਅਲੀਓ ਯਾ ਅਲੀ ਅਦਰਿਕਨੀ ਫੀ ਸਬੀਲ ਅੱਲਾ। ਦੁਆ ਹੈ ਬਾਨੀਆਨ ਹੇਲੀਆਨ ਬਰਾਦਰ ਮੌਲਾਨਾ ਇਹਨਾਂ ਦਾ ਸਫ਼ੇ ਅਜ਼ਾ ਵਿਛਾਇਆ ਹਰ ਚਖਰਜਾਤ ਹੁਸੈਨ ਬਾਦਸ਼ਾਹ ਦੇ ਦੁੱਖੇ ਪਾਸੇ ਵਾਲੀ ਮਾਂ ਆਪਣੇ ਬਾਰਗਾਹ ਦੇ ਵਿੱਚ ਮਨਜ਼ੂਰ ਅਤੇ ਮਕਬੂਲ ਫਰਮਾਵੇ। ਮੌਲਾ ਭਾਈ ਗੁਲਾਮ ਸ਼ਬੀਰ ਨੂੰ ਨਾਲ ਭੀਰਾਵਾਂ ਪੁੱਤਰਾਂ ਭਤੀਜਿਆਂ ਦੇ ਹਮੇਸ਼ਾ ਆਬਾਦ ਸ਼ਾਦ ਰੱਖੇ। ਮੌਲਾ ਇਹਨਾਂ ਦੇ ਘਰ ਦੇ ਵਿੱਚ ਜਿਤਨੇ ਮਰਹੂਮੀਨ ਇਸ ਦਾਰਾ ਦੁਨੀਆ ਤੋਂ ਕੂਚ ਕਰ ਗਏ ਸਦਕਾ ਇਸ ਜ਼ਿਕਰ ਦਾ ਮੌਲਾ ਉਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਫਰਮਾਵੇ। ਮੌਲਾ ਬਾਈ ਗੁਲਾਮ ਸ਼ਬੀਰ ਜੋ ਦਿੱਲੀ ਮਕਾਸੇ ਦਿਨ ਸਦਕਾ ਮੇਰੀ ਸ਼ਾਮ ਦੀ ਮੁਸਾਫਰ ਸੈਣ ਦਾ ਹੁਸੈਨ ਦੀ ਅੰਮਾ ਪੂਰੇ ਕਰਕੇ ਭੇਜੇ। ਜਿਤਨੇ ਆਜ਼ਾਦਾਰ ਮੇਰੇ ਸਾਹਮਣੇ ਦੁਆ ਦੇ ਹੱਥ ਬੁਲੰਦ ਕੀਤੀ ਬੈਠੇ ਹੋ, ਬਹੁਤ ਬੜਾ ਦਰਵਾਜ਼ਾ ਹੈ ਹੁਸੈਨ ਬਾਦਸ਼ਾਹ ਦਾ ਘਰ। ਇੱਥੋਂ ਮਲੈਕ ਹੁਸੈਨ ਬੋਲੇ ਤੋ ਫਿਰ ਕਿਤਾਬੇ ਵਹੀ ਕੋ ਆਪਣਾ ਬਯਾਂ ਬਣਾ ਦੇ। ਹੁਸੈਨ ਚਾਹੇ ਤੋ ਆਪਣੇ ਘਰ ਕੀ ਕਨੀਜ਼ ਫਿਜ਼ਾ ਕੋ ਮਾਂ ਬਣਾ ਦੇ। ਹੁਸੈਨ ਸੋਚੇ ਤੋ ਅੱਸੀ ਸਾਦਾ ਹਬੀਬ ਕੋ ਭੀ ਜਹਾਂ ਬਣਾ ਦੇ। ਹੁਸੈਨ ਚਾਹੇ ਜਿਧਰ ਭੀ ਚਾਹੇ ਜਹਾਂ ਬਣਾ ਦੇ। ਉਹ ਅਦਾ ਹੁਸੈਨ ਕੇ ਦਿਲ ਕੀ ਗਰ ਹੋ ਮਰਜ਼ੀ ਤੋ ਲੋਹ ਪੇ ਲਿਖੇ ਕੋ ਮਾਤ ਦੇ ਦੇ। ਅਰੇ ਜਿਸੇ ਮੁਹੰਮਦ ਨਾ ਏਕ ਬਖਸ਼ੇ ਹੁਸੈਨ ਚਾਹੇ ਤੋ ਸਾਥ ਦੇ ਦੇ। ਮੌਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ। ਲਾਜਪਾਲ ਹੁਸੈਨ ਬਾਦਸ਼ਾਹ ਦੀ ਸ਼ਾਨ ਦਾ ਕਸੀਦਾ ਥੋੜ੍ਹਾ ਜਿਹਾ ਜ਼ਿਕਰ ਮਸਾਹਿਬ ਅਤੇ ਮਿੰਬਰ ਆਪਣੇ ਵੀਰ ਦੇ ਹਵਾਲੇ।
ਮੈਂ ਦੱਸਾਉਣਾ ਚਾਹੁੰਦਾ, ਅਗਰ ਹੁਸੈਨ ਨਾ ਹੋਵਿਆ, ਹਰ ਘਰ ਦੇ ਵਿੱਚ ਰਾਮ ਰਾਮ ਹੋਵਿਆ, ਕੋਈ ਨਮਾਜ਼ਾਂ ਰੋਜ਼ੇ ਹਜ ਜ਼ਕਾਤਾਂ ਨਾ ਹੋਵੇਣਾ, ਨਾ ਮਸਜਿਦਾਂ ਹੋਵੇਣਾ, ਨਾ ਬਾਰਗਾਹ ਹੋਵੇਣਾ, ਨਾ ਬਾਂ ਭੇਣ ਧੀ ਦੀ ਤਮੀਜ਼ ਹੋਵਿਆ। ਇਹ ਲਜਪਾਲ ਹੁਸੈਨ ਦੀ ਕਰੀਮੀ ਹੈ। ਹੁਸੈਨ 1,24,999 ਨਬੀ ਦੀ ਮਿਹਨਤ ਬਚਾਵਣ ਦਾ ਵਾਲੇ ਦਾ ਨਾਮ ਹੈ ਹੁਸੈਨ। ਅਤੇ ਸਲਵਾਤ ਤੁਸੀਂ ਬਾਵਾਜ਼ ਬੁਲੰਦ ਪੜਸੋ ਅਤੇ ਮੈਂ ਹੁਸੈਨ ਬਾਦਸ਼ਾਹ ਦੀ ਸ਼ਾਨ ਦਾ ਕਸੀਦਾ ਸੁਣਾਵਾਂ। ਓ ਜੈ ਰੰਗੀ ਇਸਲਾਮ ਕੁਲਾਏ ਮੇਰਾ ਓ ਸਰਦਾਰ ਹੁਸੈਨ, ਜੈ ਰੰਗੀ ਇਸਲਾਮ ਕੁਲਾਏ ਮੇਰਾ ਓ ਸਰਦਾਰ ਹੁਸੈਨ, ਜੈ ਮੈਂ ਤਾਂ ਦੀ ਪਈ ਨਾ ਭਾਈ ਜਾਨ, ਮੌਲਾ ਤੁਹਾਡੀ ਜ਼ਿੰਦਗੀ ਦਾ ਰਾਜ਼ ਫਰਮਾਵੇ। ਮੇਰੇ ਸਾਹਮਣੇ ਬਹੁਤ ਹੀ ਮੌਜੂਦ ਸ਼ਖਸੀਅਤ, ਜੈ ਰੰਗੀ ਇਸਲਾਮ ਕੁਲਾਏ ਮੇਰਾ ਓ ਸਰਦਾਰ ਹੁਸੈਨ, ਹੁਸੈਨ ਅਬੂ ਤਾਲਿਬ ਪਾਕ ਅਲੀ ਬਾਦਸ਼ਾਹ ਦੇ ਬਾਬਾ ਤੇ ਕੁਝ ਬੰਦੇ ਇਤਰਾਜ਼ ਕਰਿੰਦੇ ਨੇ, ਉਹਨਾਂ ਕਲਮਾ ਨਹੀਂ ਪੜਿਆ। ਅੱਲਾ ਦੇ ਅਜ਼ਾਦਾਰ ਹੁਸੈਨ ਦੇ ਬੈਠੋ, ਇਨਸਾਫ ਦਾ ਤਰਾਜ਼ੂ ਹੱਥ 'ਚ ਰੱਖ ਕੇ ਬਹੁ ਬੈ, ਜਿਹਦੀ ਪਰਵਰਿਸ਼ ਮੁਹੰਮਦ ਮੁਸਤਫਾ ਦੀ ਪਰਵਰਿਸ਼ ਕਰਨ ਵਾਲਾ ਹੈ ਮੇਰਾ ਸਰਦਾਰ ਜਨਾਬ ਇਮਰਾਨ, ਉਸ 'ਤੇ ਇਤਰਾਜ਼ ਕਰਿੰਦੇ ਨੇ, ਕਲਮਾ ਨਹੀਂ ਪੜਿਆ। ਕਾਜ਼ੀ ਨਿਆਜ਼ ਅੱਬਾਸ ਮੌਲਾ ਇਮਾਮ ਹੁਸੈਨ ਦਾ ਛੋਟਾ ਜਿਹਾ ਵਕੀਲ ਹੋਣ ਦੀ ਹੈਸੀਅਤ ਦੇ ਨਾਲ ਸੌਣ 'ਤੇ ਖਲੋ ਕੇ ਉਸ ਬੰਦੇ ਨੂੰ ਜਵਾਬ ਦਿੱਤਾ ਹੈ। ਜਿਹੜੇ ਜਿਹੜੇ ਮਕਾਮ 'ਤੇ ਬੈਠੋ, ਬੜੀ ਤਵੱਜੋ ਦੇ ਨਾਲ ਸਮਾਤ ਫਰਮਾਇਸੋ। ਕਿਵੇਂ ਬਾਬਾ ਮਿਟਵੈਂਦਾ ਦੀਨ ਖੁਦਾ ਦਾ ਕੈ ਘਰ ਵਿੱਚ ਚੈਨ ਨਾ ਹੁੰਦਾ, ਜੇ ਨਸਲ ਅਬੂ ਤਾਲਿਬ ਵਿੱਚੋਂ ਮੇਰਾ ਪੀਰ ਹੁਸੈਨ ਨਾ ਹੁੰਦਾ। ਤੁਸਾਂ ਜੀਓ, ਤੁਹਾਡੇ ਬੱਚੇ ਜੀਵਨ ਹੁਸੈਨ ਦੀ ਅੰਮਾ ਤੁਹਾਨੂੰ ਸਾਰਿਆਂ ਨੂੰ ਅਰਸ਼ਾਂ ਦੇ ਰੰਗ ਲਾਵੇ। ਦਸਾਉਣਾ ਚਾਹਨਾ ਜਨਾਬ ਅਬੂ ਤਾਲਿਬ ਦਾ ਮਕਾਮ ਕਿਆ ਹੈ। ਜਿਹੜੀ ਸੁਫੀਆਨ ਦੀ ਔਲਾਦ ਹੋਵੇ ਉਹ ਯਜ਼ੀਦ ਬਣਦਾ, ਅਤੇ ਜਿਹੜੀ ਇਮਰਾਨ ਦੀ ਔਲਾਦ ਹੋਵੇ ਉਹ ਹੁਸੈਨ ਬਣਦਾ। ਮੌਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ। ਸ਼ੇਰ ਸੁਣਾਵਾਂ ਮੌਲਾਈਆਂ ਦੇ ਮਾਨਤਾ ਲਓ ਵਜਣ। ਕਿਵੇਂ ਬਾਬਾ ਮਿਟਵੈਂਦਾ ਦੀਨ ਖੁਦਾ ਦਾ ਘਰ ਵਿੱਚ ਚੈਨ ਨਾ ਹੁੰਦਾ, ਤਾਲਿਬ ਵਿੱਚ ਮੇਰਾ ਪੀਰ ਹੁਸੈਨ ਆਉਂਦਾ, ਜੈ ਰੱਬ ਕੋ ਰੱਬ ਮੰਨਵਾਏ, ਜੈ ਰੱਬ ਕੋ ਰੱਬ ਮੰਨਵਾਏ ਮੇਰਾ ਉਹ ਸਰਦਾਰ ਹੁਸੈਨ। ਸ਼ੇਰ ਸੁਣਾਵਾ ਸਾਬਿਰ ਭਾਈ ਮੌਲਾ ਪੁੱਤਰਾਂ ਨਾਲ ਬਾਦਸ਼ਾਹ ਰੱਖੀ।
ਸ਼ੇਰ ਸੁਣਾਵਾ ਮੌਲਾ ਦੇ ਇਮਾਨ ਤਾਜ਼ਾ ਵੰਜਣ ਮੁਹੰਮਦ ਮੁਸਤਫਾ ਸੱਲੱਲਾ ਅਲੈਹ ਵਅਲਿਹਿ ਵਸੱਲਮ ਵਮਾ ਅਰਸਲਨਾਕਾ ਇਲਾ ਰਹਿਮਤਲ ਲਿਲ ਆਲਮੀਨ ਜਿਹੜਾ ਆਲਮੀਨ ਵਾਸਤੇ ਰਹਿਮਤ ਬਣ ਕੇ ਆਇਆ ਨਬੀ ਨੂੰ ਪਾਕ ਤੌਹੀਦ ਦੀ ਆਵਾਜ਼ ਆਉਂਦੀ ਹੈ ਮੇਰਾ ਪਿਆਰਾ ਹਬੀਬ ਅਗਰ ਤੈਨੂੰ ਨਾ ਬਣਾਇਆ ਮੈਂ ਦੁਨੀਆ ਦੀ ਕੋਈ ਸ਼ਾਇਰ ਨਾ ਬਣਾਵਾਂ ਮੁਹੰਮਦ ਮੁਸਤਫਾ ਜਿਹੜੀ ਜ਼ੁਲਫਾਂ ਦੀਆਂ ਕਸਮਾਂ ਅੱਲਾ ਖੁਦ ਪਿਆ ਚੰਦਾ ਦਸਾਉਣਾ ਚਾਹਨਾ ਕਿ ਜਦੋਂ ਨਾਮ ਮੁਹੰਮਦ ਆਵੇ ਅਸਾਂ ਹੱਥ ਚੁੰਮ ਕੇ ਅੱਖਾਂ ਤੇ ਲੈਨੇ ਆ ਹੱਕ ਵੀ ਇਵੇਂ ਬਣਦਾ ਨਬੀ ਦਾ ਨਾਮ ਆਵੇ ਸਾਡਾ ਹੱਕ ਵੀ ਇਵੇਂ ਬਣਦਾ ਜੋ ਅਸਾਂ ਦੋਵੇਂ ਹੱਥ ਚੁੰਮ ਕੇ ਅੱਖਾਂ ਤੇ ਲਾਵੀਏ ਲੇਕਿਨ ਜਦੋਂ ਅਸਾਂ ਹੱਥ ਚੁੰਮ ਕੇ ਅੱਖਾਂ ਤੇ ਲੈਨੇ ਆ ਮੈਂਡਲੀ ਤੌਰ ਤੇ ਥੋੜਾ ਜਿਹਾ ਇੱਕ ਗੱਲ ਨੂੰ ਸੋਚਣਾ ਚਾਹੀਦਾ ਸ਼ੇਰ ਸੁਣਾਵਾਂ ਮੌਲਾਈਆਂ ਦੀ ਮਾਨਤਾ ਦਾ ਉਹਨਾਂ ਕਿਵੇਂ ਬਾਬਾ ਜਿੱਥੇ ਆਸ ਵੇਤਾ ਬਣੀਆ ਮੈਂ ਤਾਂ ਹਜ਼ਾਰਾਂ ਦਾ ਮਜਮਾ ਸਮਝ ਕੇ ਜਿਵੇਂ ਹਲਾਲੀ ਡਿਊਟੀ ਦਿੰਦਾ ਸ਼ੇਰ ਸੁਣਾਵਾਂ ਮੌਲਾਈਆਂ ਦੇ ਮਾਨਤਾ ਦਾ ਵੰਜਣ ਕਿਵੇਂ ਬਾਬਾ ਜਿੱਥੇ ਆਸ ਵੇਤਾ ਅੱਬਾਸ ਆਪਣੀ ਜ਼ਾਤ ਮੇਂ ਸੁਲਤਾਨ ਬਣ ਗਿਆ ਜਿਸ ਕੋ ਹੁਸੈਨ ਚੂਮੇ ਵੋ ਕੁਰਾਨ ਬਣ ਗਿਆ ਵਾਦਾ ਪੰਜੇ ਕੋ ਦੇਖ ਕਰ ਫਿਰ ਯੇ ਸੋਚਨਾ ਪੜਤਾ ਹੈ ਅੱਬਾਸ ਕੋ ਹੁਸੈਨ ਕੀ ਪਹਿਚਾਨ ਬਣ ਗਿਆ ਮੌਲਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਫਰਮਾਵੇ ਬਸ਼ਰ ਕੇ ਰੂਪ ਮੇਂ ਹੱਕ ਕਾ ਨਿਸ਼ਾਨ ਉਤਰਾ ਹੈ ਜ਼ਮੀਨ ਪੇ ਆਜ ਕੋਈ ਆਸਮਾਨ ਉਤਰਾ ਹੈ ਵਾਦਾ ਬਤੂਲ ਜ਼ਾਦੀਆਂ ਮਸਰੂਫ ਹੈ ਇਬਾਦਤ ਮੇਂ ਅਲੀ ਕੇ ਘਰ ਮੇਂ ਵਫਾ ਕਾ ਕੁਰਾਨ ਉਤਰਾ ਹੈ ਮੌਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ ਤੱਲਾ ਜਪਾਲ 12ਵੇਂ ਚੰਦ ਦੀ ਲੋੜ ਏ ਬਹੁਤ ਅਲੀ ਬਾਦਸ਼ਾਹ ਦੇ ਅਜ਼ਲ ਤੋਂ ਗਿਣ ਕੇ ਹੁਣ ਤਾਂ ਇਹ ਦਿਨ ਬ ਦਿਨ ਦੁਸ਼ਮਣ ਵੱਧ ਰਹੇ ਸਾਡਾ ਦਿਲ ਚਾਹੁੰਦਾ ਜੋ 12ਵੇਂ ਸ਼ਹਿਨਸ਼ਾਹ ਦੀ ਬਾਰਗਾਹ ਦੇ ਵਿੱਚ ਤੁਸਾਂ ਤੇ ਅਸਾਂ ਰਲ ਕੇ ਅਪੀਲ 'ਚ ਕਰੀਏ ਜੋ 12ਵਾਂ ਸ਼ਹਿਨਸ਼ਾਹ ਇਸੇ ਮਕਾਮ 'ਤੇ ਆਵੇ ਆ 4 ਰਬੀਉਲ ਅਵਲ ਹੇਲੀਆਂ ਬਰਾਦਰਾਂ ਦੀ ਮਜਲਿਸ ਏ ਇਸੇ ਮਕਾਮ 'ਤੇ ਆਵੇ ਸਲਵਾਤ ਬਾਵਾਜ਼ ਬੁਲੰਦ ਪੜੋ ਤੁਹਾਡੀ ਤਰਫੋਂ ਅਤੇ ਆਪਣੀ ਤਰਫੋਂ ਬਾਰਗਾਹ 12ਵੇਂ ਦੇ ਵਿੱਚ ਇੱਕ ਅਪੀਲ ਕਰਨੀ ਚਾਹੁੰਦਾ ਸਲਵਾਤ ਉਚੇਰੀ ਪੜੋ ਚਾ ਮੌਲਾ ਤੁਹਾਡੀ ਜ਼ਿੰਦਗੀ ਅਮਖ ਸੋਹਣੇ ਤੂੰ ਮਲਾ ਦਾ ਦੇਲੀ
ਨੂੰ ਅਰਸ਼ਾਂ ਦੇ ਰੰਗ ਲਾਵੇ। ਨਾਰਾ ਸਲਵਾਤ ਪੜਿਆ ਇਹਨਾਂ ਪੈ ਬਾਹਰ ਦੇ ਬੰਦਿਆਂ ਨੂੰ ਪਤਾ ਨਾ ਲੱਗੇ ਜੋ ਮਜਲਿਸ ਹੁਸੈਨ ਦੀ ਸ਼ੁਰੂ ਹੈ। ਦਸਾਉਣਾ ਚਾਹੁੰਦਾ ਕਿ ਲਜਪਾਲ ਬਾਰਵਾਂ ਚੰਨ ਆਵੇ ਇਸ ਮਕਾਮ ਤੇ ਆਵੇ ਹੁਣੇ ਆਵੇ ਤੇ ਸਾਡਾ ਦਿਲ ਚਾਹੁੰਦਾ ਜੋ ਆਵੇ ਵੀ ਹੁਣੇ ਆਵੇ ਵੀ ਇਸ ਮਕਾਮ ਤੇ ਲੇਕਿਨ ਸਾਜ਼ਾਦਾਰ ਅਲੀਆਂ ਵਲੀਉੱਲਾ ਪੜ੍ਹਨ ਵਾਲਿਆਂ ਦਾ ਦਿਲ ਚਾਹੁੰਦਾ ਆਵੇ ਇਸ ਮਕਾਮ ਤੇ ਆਵੇ ਹੁਣੇ ਆਵੇ ਤੇ ਆਵੇ ਕਿਸ ਰੰਗ ਦੇ ਨਾਲ ਕਿਵੇਂ ਬਾਬਾ ਨਾ ਕੋਈ ਮੁਸ਼ਕਿਲ ਸ਼ਹਿਜ਼ਾਦਾ ਇਸ ਮਕਾਮ ਤੇ ਹੁਣੇ ਆਵੇ ਲੇਕਿਨ ਅਸਾਂ ਆਜ਼ਾਦਾਰ ਰੋ ਰੋ ਕੇ ਹਰ ਵੇਲੇ ਸੁਬਾਹ ਦੁਪਹਿਰ ਸ਼ਾਮ ਜਾਗਦਿਆਂ ਉੱਠਦਿਆਂ ਬਾਂਦਿਆਂ ਦੁਆ ਮੰਗਦੇ ਆ ਆਵੇ ਜ਼ਰੂਰ ਤੇ ਆਵੇ ਕਿਸ ਰੰਗ ਦੇ ਨਾਲ ਕਿਵੇਂ ਬਾਬਾ ਨਾ ਕੋਈ ਮੁਸ਼ਕਿਲ ਬਹੁਤ ਪਿਆਰਾ ਅਜ਼ੀਮ ਮਦਾ ਖਾਨ ਮੌਲਾ ਇਸ ਤਰ੍ਹਾਂ ਦੇ ਉਸ ਹੁਸੈਨ ਦੀ ਅੰਮਾ ਇਸ ਤੋਂ ਵੱਡੇ ਬਖਤ ਲਾਓ ਦਸਾਉਣਾ ਚਾਹੁੰਦਾ ਕਿ ਮੁਨਕਰ ਅਲੀ ਜਿਹੜਾ ਨਾ ਨਾ ਇਹਦਾ ਉਸਦਾ ਇਸ ਜਗ੍ਹਾ 'ਤੇ ਮਕਾਮ ਹੈ ਅਤੇ ਨਾ ਅਗਲੇ ਜਹਾਨ ਜਹਨਮ ਦੀ ਭਾਏ ਉਸ ਬਣਨਾ ਜਿਹੜਾ ਮੁਨਕਰ ਅਲੀ ਹੈ ਦਸਾਉਣਾ ਚਾਹੁੰਦਾ ਬਰੋਜ਼ ਮਾਸ਼ਰ ਤਰ੍ਹਾਂ ਤਰ੍ਹਾਂ ਦੇ ਟੋਲੇ ਆ ਦਿਓ ਸਿੰਨ ਮੁਕਰਬ ਕਰ ਫਿਰਸ਼ਤੇ ਗੁਰੂ ਕੇ ਸਿੰਘ ਆਪਣੇ ਅਮਾਲ ਨਾਮੇ ਚੈੱਕ ਕਰਾਓ ਇਹ ਅਮਾਲ ਨਾਮੇ ਚੱਕਰੇ ਸਨ ਇੱਕ ਇਹੋ ਜਿਹਾ ਟੋਲਾ ਸੀ ਬਹੁਤ ਬੜਾ ਬੋਲਾ ਹੋ ਸੀ ਉਹ ਟੋਲਾ ਕਮਲਾ ਸਿਆਣਾ ਖੱਬੇ ਹੱਥ ਦੇ ਵਿੱਚ ਅਮਾਲ ਨਾਮੇ ਇਹ ਅਕਸ਼ਨ ਸਾਡੀਆਂ ਨਮਾਜ਼ਾਂ ਪੂਰੀਆਂ ਰੋਜ਼ੇ ਪੂਰੇ ਹੁਸੈਨ ਗਵਾਹ ਰਾਤ ਤਾਈਂ ਮਜਲਿਸ ਜਾਣੀ ਹੈ ਅਤੇ ਇਹ ਸ਼ੇਰ ਮੈਂ ਤੁਹਾਡੇ ਦਿਲਾਂ 'ਤੇ ਨਕਸ਼ ਕਰਕੇ ਵੰਜਣਾ ਸਾਡੀਆਂ ਨਮਾਜ਼ਾਂ ਰੋਜ਼ੇ ਹੱਜ ਜ਼ਕਾਤਾਂ ਬਲਕਿ ਓਵਰ ਟਾਈਮ ਲੈਂਦੇ ਰਹੇ ਹਾਂ ਘਰੋਂ ਬੇਘਰ ਰਹੇ ਹਾਂ ਬੇਵਤਨ ਰਹੇ ਹਾਂ ਹਰ ਵੇਲੇ ਇਬਾਦਤ ਹੀ ਇਬਾਦਤ ਕਰਦੇ ਰਹੇ ਜਨਾਬੇ ਸਾਹਿਬ ਸੁਲੇਮਾਨ ਸਾਹਿਬੇ ਇਮਾਨ ਇਹਨਾਂ ਦੇ ਪਾਸੇ ਦੇਖ ਕੇ ਅਕਸ਼ਨ ਤੁਸੀਂ ਜੰਨਤ ਨਹੀਂ ਵੰਜ ਸਕਦੇ ਇਹ ਅਕਸ਼ਨ ਸਾਡੇ ਅਮਾਲ ਨਾਮੇ ਪੂਰੇ ਸਾਡੀ ਨਮਾਜ਼ਾਂ ਰੋਜ਼ੇ ਹੱਜ ਜ਼ਕਾਤਾਂ ਹਰ ਸ਼ਾਇ ਪੂਰੀ ਹੈ ਬਲਕਿ ਓਵਰ ਟਾਈਮ ਲੈਂਦੇ ਰਹੇ ਜਨਾਬੇ ਸੁਲੇਮਾਨ ਇਸ ਟੋਲੇ ਦੇ ਪਾਸੇ ਦੇਖ ਸੇ ਜਿਹੜੇ ਸਨੀਅਤ ਹੈ ਬੈਠੋ ਜੋ ਅੱਜ ਉਸ ਸੈਨ ਦੀ ਸ਼ਹਾਦਤ ਹੈ ਭਾਈ ਸ਼ਬੀਰ ਹੇਲੀਆ ਸਾਹਿਬ ਇਹ ਹਰ ਸਾਲ ਚਾਰ ਰਬੀਉਲ ਅਵਲ ਮਨਾਉਂਦੇ ਨੇ ਉਸ ਹੁਸੈਨ ਬਾਦਸ਼ਾਹ ਦੀ ਚਾਰ ਸਾਲ ਦੀ ਮਾਸੂਮਾ ਧੀ ਦੀ ਸ਼ਹਾਦਤ ਹੈ ਇਹ ਮਿੰਬਰ ਹੁਸੈਨ ਹੈ ਕਬਰੇ ਹੁਸੈਨ ਹੈ ਪਾਕ ਬਤੂਲ ਸੈਨ ਦੀ ਹੈ ਅਦਾਲਤ ਜਿਹੜੇ ਜ਼ੁਲਮ ਪਾਕ ਬਤੂਲ ਸੈਨ ਤੋਂ ਬਚ ਗਏ ਹਨ
ਉਹ ਇਹਨਾਂ ਮੁਸਲਮਾਨਾਂ ਕੀਤੇ ਨੂੰ ਹੁਸੈਨ ਦੀ 4 ਸਾਲਾਂ ਦੀ ਧੀ 'ਤੇ ਜਦੋਂ ਵਾਪਸ ਵਲਿਆ ਨਾ ਜ਼ੈਨੁਲ ਆਬਦੀਨ, ਅਤੇ ਜ਼ੈਨੁਲ ਆਬਦੀਨ ਭੈਣ ਦੀ ਕਬਰ 'ਤੇ ਆ ਕੇ ਬੈਠਾ ਅਤੇ ਦੋ ਦੁਰ ਕੱਢੇ ਭੈਣ ਦੀ ਕਬਰ ਦੇ ਪਾਸੇ ਦੇਖ ਕੇ ਆਦਾ, ਮਾਸੂਮਾ ਬਹਿਰਾ ਮੈਂ ਸ਼ਿਮਰ ਤੂੰ ਤੁਹਾਡੇ ਦੁਰ ਘਿੰਨਾ ਆ। ਰੁੰਨੀ ਹੁਸੈਨ ਬਾਦਸ਼ਾਹ ਦੀ 4 ਸਾਲ ਦੀ ਧੀ ਰੋ ਕੇ ਆਦੀ, ਵੇ ਸਜਾਦ ਭਰਾ ਮੈਂ ਕੋ ਖੁਸ਼ੀ ਹੈ ਜੋ ਤੇਰੀਆਂ ਕੈਦਾਂ ਰਿਹਾ ਹੋ ਗਈਆਂ, ਲੇਕਿਨ ਇਹ ਦਸਾ ਦੁਰ ਤਾਂ ਰੱਖ ਜੇ ਅਗਰ ਮੈਂ ਪਾਵਣੇ ਹੋਵੇਣ ਮੇਰੇ ਪਾਵਣ ਵਾਲੀਆਂ ਜਾਈ ਤੂੰ ਖੂਨ ਬਾਹਰ ਪਿਆਂਦਾ ਤੁਹਾਡੀ ਅੱਖ ਜਾਣੇ ਅਤੇ 1400 ਮੀਲ ਦੀ ਥੱਕੀ ਹੋਈ ਮਜ਼ਦੂਰ ਜਾਣੇ। ਛੋੜ ਕੇ ਤੁਰੀਆਂ ਹਨ, ਸਾਲ ਦੇ ਬਾਅਦ ਵਾਪਸ ਵਲੀਆਂ, ਦਿਲ ਦੇ ਵਿੱਚ ਸੁਚੇਂਦੀਆਂ ਆਈਆਂ, ਮਨ ਦੇਖੂ ਸਾਡੇ ਵੀਰਾਂ ਦੀਆਂ ਕਹਿ ਕਬਰਾਂ ਬਣਾਈਆਂ ਜਾਂ ਕੋਈ ਨਾ। ਛੋੜ ਕੇ ਗਈ ਹਾਂ ਜਨਾਬ ਬਾਕਰ ਜ਼ਾਕਰ ਸਾਹਿਬ ਦੌੜ ਪਏ, ਬਣੀਆਂ ਸਾਡੀਆਂ ਔਰਤਾਂ ਕੋ ਇਕੱਠਾ ਕੀਤਾ ਹੈ, ਉੱਥਾਂ ਆਈਆਂ ਜਿੱਥਾਂ ਮੇਰੀ ਆਲੀ ਹਸੈਨ ਦੇ ਡੇਰੇ ਲੱਗੇ ਹੋਏ ਹਨ। ਮੇਰੀ ਆਲੀ ਹਸੈਨ ਦੇ ਬਾਹਰੋਂ ਇੰਨਾ ਔਰਤਾਂ ਹਾਲਾ ਚਪਾਇਆ, ਮੇਰੀ ਮਖਦੂਮ ਹਸੈਨ ਦੀ ਆਵਾਜ਼ ਆਉਂਦੀ, ਮੈਂ ਜੋ ਬਿਰਾਵਾਂ ਦੀਆਂ ਲਾਸ਼ਾਂ ਛੋੜ ਕੇ ਗਈ ਹਾਂ, ਤੁਸਾਂ ਮੇਰੇ ਬਿਰਾਵਾਂ ਦੀਆਂ ਕਬਰਾਂ ਬਣਾਈਆਂ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ। ਨਾਲੇ ਇਹ ਦੱਸੋ ਤੁਸਾਂ ਜੋ ਕਬਰਾਂ ਬਣਾਈਆਂ, ਤੁਸਾਂ ਕਬਰਾਂ ਕਿਵੇਂ ਬਣਾਈਆਂ? ਇਹਨਾਂ ਔਰਤਾਂ ਮੌਤ ਦੇ ਸੰਦਲੇ ਚ ਬੱਦਣ, ਮੇਰੀ ਆਲੀ ਹਸੈਨ ਦੇ ਬਾਹਰੋਂ ਹਾਲਾ ਪਾ ਕੇ ਆ ਦੀਆਂ, ਅਸਾਂ ਦਫਾਨ ਕੀਤਾ ਉਹ ਤੇਰੇ ਵੀਰ ਗੁਰਬਾਤ ਦੇ ਕਫਾਨ ਪਵਾ ਕੇ ਅਸਾਂ ਆਲੀਆ ਬਣ ਕੇ ਵੈਣ ਲਾਸ਼ ਦੇ ਮੌਲਾ ਦੀਆਂ ਦੇ ਪਰਦੇ ਸਲਾਮ।
ਚਬਤੇ ਮੇਰੀ ਆਲੀ ਹਸੈਨ ਦੇ ਬਾਹਰੋਂ ਆਲਾ ਪਾ ਕੇ ਆ ਰਹੀਆਂ ਪਹਿਲੇ ਝਾਲ ਚਮਕਾਨ ਓਏ ਅਲੀ ਅਕਬਰ ਦੀ ਜਿੰਦੀ ਟੁਰੀਆਂ ਜਾਂ ਲੁੱਟਵਾ ਕੇ ਆਲੀ ਹਸੈਨ ਦੇ ਪਾਸ ਦੇ ਕੇ ਔਰਤਾਂ ਦੀਆਂ ਬੈਠੀਆਂ ਦੱਸ ਕੌਣ ਲਈ ਫੇ ਉਹ ਜਿੰਦੀ ਰਾਤ ਨਹੀਂ ਰੁਕਦੀ ਵੱਡਾ ਟੁਰਦਾ ਹੈ ਕਮਾਲ